ਸਾਨੂੰ ਰੋਟੀ ਕਪੜਾ ਔਰ ਮਕਾਨ ਸਸਤਾ ਚਾਹੀਦਾ। ਮੇਰਾ ਕਰਾਪਸ਼ਨ ਦਾ ਮਾਲ ਤੇ ਸਸਤਾ ਹੈ। ਕਿੱਥੇ ਗਿਆ ਉਹ ਪੈਸਾ? ਕਿੱਥੇ ਗਿਆ? ਇਨਕਾ ਯੋਮੇ ਹਿਸਾਬ ਸ਼ੁਰੂ ਹੋ ਗਿਆ ਭਾਈ। ਇਹ ਤੋਂ ਇਸ ਲਈ ਪਰੇਸ਼ਾਨ ਹੈ ਕਿ ਅੱਗੇ ਜਾ ਕੇ ਵੀ ਹਿਸਾਬ ਦੇਣਾ ਤੇ ਇੱਥੇ ਵੀ ਹਿਸਾਬ ਦੇ। ਸਾਡੇ ਗਰੀਬ ਲੋਕਾਂ ਨੂੰ ਸਾਡੇ ਗਰੀਬ ਲੋਕਾਂ ਦਾ ਸੋਚਦਾ ਹੀ ਕੋਈ ਨਹੀਂ ਪਿਆ। ਖੰਬੇ ਪਰ ਲਟਕਾ ਦੂੰਗਾ, ਉਹ ਕਿੱਥੇ ਗਿਆ? ਸੜਕ ਪਰ ਗਰੀਸੂਗਾ, ਉਹ ਕਿੱਧਰ ਗਿਆ? ਵਾਹਿਗੁਰੂ ਸਲਾਮ। ਸ਼ਾਹਿਦ ਖਾਕਾਨ ਅਬਾਸੀ ਜੋ ਪਕੜਾ ਗਿਆ, ਲੇਕਿਨ ਸ਼ਬਾਸ਼ ਸ਼ਰੀਫ ਪ੍ਰੈਸ ਕਾਨਫਰੰਸ ਜੋ ਕਰ ਰਿਹਾ ਉਸਮੇ ਕਹਿ ਰਿਹਾ ਕਿ ਇਹ ਹਮਾਰੇ ਸੇ ਸਿਆਸੀ ਇੰਤਕਾਮ ਲੈ ਰਹੇ ਹੈ। ਠੀਕ ਹੈ, ਕੁਛ ਵੀ ਨਹੀਂ ਹੈ, ਸਿਰਫ ਆਪਣੀ ਨਾਕਾਮੀਆਂ ਛੁਪਾਉਣ ਕੇ ਲਈ ਇਮਰਾਨ ਖਾਨ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਨੈਬ ਕੇ ਸਾਥ ਮਿਲ ਕੇ। ਚੋਰ ਮਚਾਏ ਸ਼ੋਰ ਵਾਲਾ ਹਿਸਾਬ ਹੈ ਜਨਾਬ, ਉਹ ਤਾਂ ਖੁਦ ਚੋਰ ਹੈ ਔਰ 10 ਸਾਲ 25 ਸਾਲ ਚੋਰੀ ਕੀ ਹੈ, ਇਹਨੇ ਪੇਟ ਵੀ ਦਰਦ ਹੋ ਤਾਂ ਲੰਡਨ ਜਾਤੇ ਹੈ ਜਨਾਬ, ਮੋਸ਼ਨ ਵੀ ਆ ਜਾਏ ਲੰਡਨ ਜਾ ਰਹੇ ਹੈ, ਕੁਛ ਵੀ ਹੋ ਜਾਏ ਲੰਡਨ ਜਾਣਾ, ਜੋ ਵੀ ਹੈ ਇਹਨਾਂ ਨੇ ਮੁਲਕ ਦਾ ਮਾਲ ਲੁੱਟਿਆ, ਇਸ ਲਈ ਸਜ਼ਾ ਕਾਟ ਰਹੇ। ਸ਼ਾਹਿਦ ਖਾਕਾਨ ਅਬਾਸੀ ਨੇ ਐਲ ਐਨ ਜੀ ਮੈਂ ਬਹੁਤ ਜ਼ਿਆਦਾ ਕਰਪਸ਼ਨ ਕੀ ਹੈ। ਕਰਜ਼ ਤੂੰ ਸਾਲੋਂ ਕਾ ਖਾਦੇ, ਅੱਜ ਵਾਪਸ ਦੇਣ ਦੀ ਵਾਰੀ ਆਈ ਤੇ ਰੋ ਗਏ ਉਹਨੇ। ਤੁਸੀਂ ਕਾਹਦਾ ਕਰਜ਼? ਕਿੰਨੇ ਖਾਦੇ ਤੂੰ ਸਾਲੋਂ ਕਾ ਖਾਦੇ? ਯਾਰ ਕੋਈ ਗੁਸਾ ਨਾ ਖਾ, ਹੋਪ ਕਾ ਕਿੰਨੇ ਖਾਦੇ ਤੁਸੀਂ? ਖਾਦੇ ਗੱਲ ਤੁਹਾਨੂੰ, ਤੁਸੀਂ ਲੋ ਖਾਦੇ ਵਾਪਸ ਦੇਣ ਦੀ ਵਾਰੀ ਆਈ ਤੇ ਕਿੰਨੇ ਖਾਦੇ? ਉਹ ਵਾਪਸ ਕਿੰਨਾ? ਅੱਜ ਤੱਕ ਜਿੰਨਾ ਕਰਜ਼ਾ ਹੁਣ ਹੋਏ ਇਹ ਲੈ ਚੁੱਕੇ ਆ। ਕਿਤੇ ਤੇ ਕਿੰਨੇ ਕਰਜ਼ਾ? ਕਿਤੇ ਤੇ ਫਿਰ ਹੁਣ ਕਿੰਨਾ ਪੈਸਾ ਲਿਆ ਜੇ ਸਾਊਦੀਆਂ ਕੋਲੋਂ? ਕਿੰਨਾ ਪੈਸਾ ਲਿਆ ਜੇ ਦੁਬਈ ਕੋਲੋਂ? ਕਿੰਨਾ ਪੈਸਾ ਲਿਆ? ਬਹੱਤਰ ਸਾਲਾਂ ਦਾ ਜਿਹੜਾ ਕਰਜ਼ਾ ਲਿਆ ਉਹ ਕਿੱਧਰ ਕੀਤਾ ਜੀ? ਮੇਰੀ ਗੱਲ ਸੁਣੋ, ਪੁੱਠੇ ਦੇ ਵਕਤ 'ਚ 250 ਰੁਪਏ ਕਿਲੋ ਦਹੀਂ ਚੀਨੀ ਸੀ, ਠੀਕ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਮਹਿੰਗਾਈ ਦੇ ਅੱਗੇ ਉੱਪਰ ਹੀ ਜਾਣੀ ਹੈ। ਇਹਦਾ ਨਵਾਜ਼ ਸ਼ਰੀਫ ਜਾਂ ਇਮਰਾਨ ਖਾਨ ਦਾ ਪਿਓ ਇਹ ਸਸਤਾ ਨਹੀਂ ਕਰ ਸਕਦਾ, ਇਹ ਨਿਜ਼ਾਮ ਉੱਤੇ ਜਾਂਦਾ ਪਿਆ। ਅਸੀਂ ਕਿਸੇ ਦੇ ਖਿਲਾਫ਼ ਨਹੀਂ, ਅਸੀਂ ਕਿਸੇ ਦੇ ਖਿਲਾਫ਼ ਨਹੀਂ, ਸਾਨੂੰ ਰੋਟੀ ਕੱਪੜਾ ਔਰ ਮਕਾਨ ਸਸਤਾ ਚਾਹੀਦਾ, ਸਾਡੇ ਵੱਲ ਕੋਈ ਆ ਜਾਏ। ਖਾਧਾ ਪੀਤਾ ਹਿਸਾਬ ਦੇਣ ਦੀ ਵਾਰੀ ਆਈ ਤੇ ਚੀਕਦੇ ਪਏ ਨੇ ਸਾਰੇ। ਕੌਣ ਬਣਿਆ ਜਾ ਯਾਰ? ਖੁਦਾ ਦਾ ਖੌਫ ਕਹੋ ਯਾਰ, ਇਹ ਅਭੀ ਤਾਂ ਬੈਠਾ ਸੀ ਇਹਨੇ ਭੈਣ ਫਿਰ ਗੱਲ ਕਰਨ ਲੱਗਾ, ਇਹ ਅਭੀ ਤਾਂ ਬੈਠਾ ਸੀ ਇਹਨੇ ਕਿਹੜੇ ਸਰਕਾਰ ਸਫਰੇ ਜਾ ਕਿੱਥੇ ਸਸਤਾ ਹੋਇਆ? ਅਸੀਂ ਕੰਦੇ ਨੂੰ ਪੜਾ ਮਾਰਾਂਗੇ, ਇਹ ਆਪਣੇ ਲੋਕ ਸਫਰੇ ਜਾਣਗੇ, ਸਭ ਦਾ ਸਾਫ ਹੋਏਗਾ। ਅੱਛਾ ਮੇਰੀ ਗੱਲ ਸੁਣ, ਨਵਾਜ਼ ਸ਼ਰੀਫ ਫੜਿਆ ਗਿਆ, ਕਿੰਨਾ ਕੁ ਆਟਾ ਸਸਤਾ ਹੋਇਆ, ਕਿੰਨੀ ਕੁ ਚੀਨੀ ਸਸਤੀ ਹੋਈ ਹੈ? ਅਸਰ ਤਾਰੀ ਫੜਿਆ ਕਰਾਪਸ਼ਨ ਦਾ, ਉਹਨੇ ਕਿੱਥੇ ਮਾਲ ਸਸਤਾ ਹੋਣਾ ਜਿਹੜਾ ਕਰਾਪਸ਼ਨ ਦਾ ਮਾਲ ਦੇ ਸਸਤਾ ਹੋਏ? ਕਰਦਾ ਨਹੀਂ ਬਾਹਰੋਂ ਨਹੀਂ ਤੇ ਬਾਹਰੋਂ ਤੁਸੀਂ ਕਰਾਪਸ਼ਨ ਦਾ ਮਾਲ ਜਿਹੜੇ ਕਰਜ਼ਾ ਲੈਣ ਦੇ ਆ ਨਾ, ਅੱਧੇ ਨਾਲੋਂ ਜ਼ਿਆਦਾ ਤੇ ਕੀ ਸਜਾਉਣ ਲਈ ਹੈ? ਜ਼ਮੀਰ ਨਹੀਂ ਪਾਣਾ ਅੱਧੇ ਨਾਲੋਂ ਜ਼ਿਆਦਾ। ਚੋਰਾਂ ਦਾ ਫੈਸਲਾ ਕੌਣ ਕਰੇਗਾ? ਕੌਣ ਚੋਰ ਸਰ? ਨਵਾਜ਼ ਸ਼ਰੀਫ ਜਿਹੜਾ ਸ਼ੇਖ ਰਸ਼ੀਦ ਹੈ, ਸਾਰੀ ਜ਼ਿੰਦਗੀ ਨਵਾਜ਼ ਸ਼ਰੀਫ ਦੇ ਚਮਚੇ ਆ ਰਹੇ ਆ, ਤੇ ਚੋਰ ਹੀ ਫਿਰ ਉਹ ਯਾਰਾਂ ਨਹੀਂ, ਉਹਦੇ ਨਾਲ ਚੋਰਾਂ ਦਾ ਇਹ ਵੀ ਉਹਨਾਂ ਦੇ ਨਾਲ ਹੀ ਹੋਇਆ, ਜਿਹੜਾ ਚੌਧਰੀ ਪ੍ਰਵੇਸ਼ ਲਈ ਹੀ ਉਹਦੇ ਨਾਲ ਨਹੀਂ ਰਹੇ, ਸਾਰੇ ਫੜੇ ਜਾਣਗੇ, ਸਭ ਫੜੇ ਜਾਣਗੇ, ਚੋਰ ਸਭ ਚੋਰ ਫੜੇ ਜਾਣਗੇ, ਸਭ ਫੜੇ ਜਾਣਗੇ। ਭਾਈ ਸਾਹਿਬ ਇੱਕ ਚੀਜ਼ ਆਪ ਲੈਤੇ ਹੋ ਕਿਸੇ ਸੇ, ਫੋਰ ਐਗਜ਼ਾਮਪਲ ਕਿਸੇ ਵੀ ਯਾਰ ਯਾਰ ਭਾਈ, ਅਗਰ ਹਮਨੇ ਕਰਜ਼ਾ ਲਿਆ ਹੈ ਮੇਰੇ ਘਰ ਵਾਲੋਂ ਨੇ ਦੇਣਾ ਹੈ ਜਾਂ ਮੈਨੇ ਦੇਣਾ ਹੈ? ਬਿਲਕੁਲ ਦੇਣਾ, ਲਾਜ਼ਮੀ ਦੇਣਾ। ਠੀਕ ਹੈ, ਅਭੀ ਵੋ ਬਜ਼ੁਰਗ ਕੀ ਸਾਈਡ ਮੇ ਨਹੀਂ ਆ ਰਹੇ, ਅਗਰ ਕਰਜ਼ਾ ਲੈਣਾ ਟੈਕਸ ਦੇ ਰਹੇ ਹੋ ਤਾਂ ਆਪ ਵੋ ਦੇ ਰਹੇ ਹੋ ਜੋ ਉਨ ਲੋਗੋਂ ਨੇ ਲੀ ਹੈ। ਅੱਛਾ, ਅਗਰ ਆਜ ਵੋ ਵਾਪਸ ਕਰਨੇ ਕੀ ਬਾੜੀ ਆਈ ਹੈ, ਉਸਕੋ ਵਾਪਸ ਰਿਟਰਨ ਕਰਨਾ ਹੈ, ਤੋ ਫਿਰ ਯਾਰ ਇਹ ਚੀਕ ਕਿਉਂ ਰਹੇ ਹੈ? ਜੀ ਜੀ, ਉਹ ਕਹਿੰਦੇ ਜੀ ਸਸਤਾ ਹੋਏਗਾ, ਸਸਤਾ ਹੋਏਗਾ, ਕੀ ਸਸਤਾ ਹੋਏਗਾ, ਜਦੋਂ ਦਾ ਬੈਠਾ ਹੈ ਸਮਾਨਾਂ ਨੂੰ ਸਾਰੀ ਚੀਜ਼ ਲੱਗ ਗਈ ਹੈ। ਯਾਨੀ ਕਿ ਤੁਹਾਡੇ ਵੱਲੋਂ ਕਰਪਸ਼ਨ ਹੋਵੇ ਕੋਈ ਮਸਲਾ ਨਹੀਂ? ਕਰਪਸ਼ਨ ਨੂੰ ਗੋਲਾ ਕਰਪਸ਼ਨ ਜਦੋਂ ਨਹੀਂ ਰੋਕੀ, ਕੀ ਹੈ ਕਰਪਸ਼ਨ? ਜਦੋਂ ਨਾ ਨਵਾਜ਼ ਸ਼ਰੀਫ ਨੂੰ ਲਾਇਆ ਡਾਲਰ ਕਿੱਥੇ ਗਿਆ? ਐਕਸਚੇਂਜ ਕਿੱਥੇ ਗਈ ਹੈ? ਜਿਹੜੀ ਜਿਹੜੀ ਆਪਣਾ 600-6000 ਕਿੱਥੇ ਸੀ ਕਰੰਸੀ ਐਕਸਚੇਂਜ? ਹੁਣ ਅੱਜ ਕਿੱਥੇ ਵੇ ਵਾਪਸ ਆ ਗਈ ਹੈ 3000 ਜੋ 3200 ਤੇ ਹੋ ਗਈ ਹੈ? ਤੇਲ ਕਿੱਥੇ ਗਿਆ? ਉਦੋਂ ਤਾਂ ਕਹਿੰਦਾ ਸ਼ੇਖ ਰਸ਼ੀਦ ਕਹਿੰਦਾ ਡਾਲਰ ਜਿਹੜਾ ਇੱਥੇ ਆਏਗਾ ਤਾਂ ਮੈਂ ਸਿਆਸਤ ਛੋੜ ਦਿਆਂਗਾ, ਇਮਰਾਨ ਕਹਿੰਦਾ ਹੁਣ ਮੈਂ ਚਪੜਾਸੀ ਵੀ ਨਹੀਂ ਰੱਖਦਾ, ਉਹਨੂੰ ਨਾਲ ਗਲੇ ਲਾਇਆ ਸੀ, ਸਾਰੇ ਇਸ ਚੋਰ ਨਾਲ ਉਹਨੇ ਰਲਾਏ ਨੇ, ਚੌਧਰੀ ਪ੍ਰਵੇਸ਼ ਲਈ ਰਿਕੀ ਨੇ ਕੀ ਨੇ ਉਹ? ਸਾਡੇ ਗਰੀਬ ਲੋਕਾਂ ਨੂੰ ਸਾਡੇ ਗਰੀਬ ਲੋਕਾਂ ਦਾ ਸੋਚਦਾ ਹੀ ਕੋਈ ਨਹੀਂ ਪਿਆ, ਕੋਈ ਨਹੀਂ ਸੋਚਦਾ ਪਿਆ, ਯਕੀਨ ਜਾਣਾ ਖੁਦਾ ਵਾਹ ਸ਼ਾਇਦ ਜਾਣਦਾ ਇਹਦੇ ਨਾਲੋਂ ਨਵਾਜ਼ ਸ਼ਰੀਫ ਚੰਗਾ ਸੀ। ਕਿਉਂ ਨਵਾਜ਼ ਸ਼ਰੀਫ ਚੰਗਾ ਸੀ? ਉਹ ਚੰਗਾ ਸੀ, ਉਹ ਚੰਗਾ ਸੀ ਇਹਦੇ
जिन्ना करप्ट भाजी करप्ट का फायदा मैं सारे कहने मान हाजर नाजर कर यार चीज सस्ती होनी चाहिए साढ़े गरीब आदमी नू आटा चाहिए दाल चाहिए चीनी चाहिए जबकि ये तो जब गाजरें खाइए तो पेट से दर्द भी इन्हें नहीं होनी ठीक है ये चीज है जी शहर शहीद भी यही कह रहा है कि नो जिसने माल खाया हिसाब देना पड़ेगा ये इनका यौम हिसाब शुरू हो गया भाई ये तो इसलिए परेशान है कि अगर जाके भी हिसाब देना तो इतने भी हिसाब देना है सिर्फ इस चीज के लिए परेशान हो रहे हैं बाकी ये इंशाल्लाह अल्लाह खैर के डब्बे में बंद कर दिए इमरान खान ने ठीक है सुभाष जी कह रहे हैं कि जब हमारे दौर में होता था इस तरह रोटी महंगी होती थी हम तो इनको खील के रख देते थे अब 15 रुपए की रोटी है 20 रुपए का नान हुआ किसी को परवाह ही नहीं कोई चीज नहीं हम महंगाई का कोई टेंशन नहीं है महंगाई की हमें कोई टेंशन नहीं ये इंशाल्लाह हमें यकीन है हम टैक्स पेड बनेंगे तो हर चीज सस्ती है हमारे हाथ में होगी जब हमने टैक्स ही नहीं देना तो ये महंगाई तो होनी है चोरों ने पहले लूट के खा लिया मुल्क को ठीक है अब सब फड़े जाएंगे इंशाल्लाह सब बड़े जाएंगे इंशाल्लाह ये मुल्क इंशाल्लाह क्लियर होगा ये 5 साल दें इमरान खान को इंशाल्लाह आप देखिएगा कि मुल्क की तस्वीर ही और होगी वाहद बंदा है अल्लाह ने आपको इस सूरत में फरिश्ता की सूरत में दिया है कि जो सियासत में आके और कह रहे थे कि इतना दर्द दिल रखता है बंदा ये ठीक है इमरान खान के ताहर बशीर चीमा साहब ने एक तकरीर में कहा था ठीक है मैं काफ लीग था लेकिन मैं इमरान खान की तारीफ किए बगैर नहीं रुक सकता ठीक है लेकिन हम पीटीए के सिर्फ साथ इसलिए हैं कि इसमें जज्बा ईमानी है और ये ईमानदार बंदा है और अल्हम्दुलिल्लाह इंशाल्लाह ये पूरे काम कर रहा है कोई करप्शन नहीं जीरो करप्शन है बात सिर्फ ये हाँ इंशाल्लाह इसके दौर में इंशाल्लाह ना करप्शन कोई होगी ना ही किसी को करने देंगे इंशाल्लाह मेहरबानी बहुत शुक्रिया ਕਿਹੜੀ ਹਕੂਮਤ ਚੰਗੀ ਸੀ ਤੁਸੀਂ ਦੱਸੋ ਮੈਨੂੰ ਮੈਂ ਆਪਣੀ ਹੋਸ਼ ਦੇ ਵਿੱਚ ਵੇਖੀ ਹੈ ਨਵਾਜ਼ ਸ਼ਰੀਫ ਦੀ ਇਮਰਾਨ ਖਾਨ ਦੀ ਅਤੇ ਉਸ ਤੋਂ ਬਾਅਦ ਜ਼ਰਦਾਰੀ ਦੀ ਵੀ ਵੇਖੀ ਹੈ ਮੁਸ਼ਰਫ ਦੀ ਵੀ ਵੇਖੀ ਹੈ ਅਤੇ ਕਿਹੜੀ ਚੰਗੀ ਸੀ ਇਹਨਾਂ ਦੀ ਮੁਸ਼ਰਫ ਦੀ ਚੰਗੀ ਸੀ ਹਾਂਜੀ ਅਤੇ ਹੁਣ ਹੁਣ ਵੀ ਠੀਕ ਹੈ ਹਾਲੇ ਚੱਲ ਰਹੀ ਹੈ ਨਾ ਹਾਲੇ ਅੱਗੇ ਨਹੀਂ ਗਈ ਮਤਲਬ ਹੁਣ ਠੀਕ ਹੈ ਜਾਂ ਨਹੀਂ ਸਹੀ ਨਹੀਂ ਠੀਕ ਹੈ ਚੋਰ ਡਾਕੂ ਫੜੇ ਗਏ ਨੇ ਹੋਰ ਕੀ ਹੁਣ ਉਹ ਵੀ ਫੜਿਆ ਗਿਆ ਸੀ ਸਾਧ ਖਾਨ ਅੱਬਾਸੀ ਲੇਕਿਨ ਉਹ ਤਾਂ ਕਹਿ ਰਹੇ ਸਾਡੇ ਕੋਲ ਇੰਤਕਾਮ ਲੈ ਰਹੇ ਨੇ ਕੁਛ ਨਹੀਂ ਹੈ ਇੰਤਕਾਮ ਕੀ ਲੈਣਾ ਜੋ ਕਰੇਗਾ ਸੋ ਭਰਨਾ ਹੀ ਭਰਨਾ ਹੈ ਨਾ ਲੇਕਿਨ ਉਹ ਤਾਂ ਕਹਿ ਰਹੇ ਨੇ ਕਿ ਇੰਤਕਾਮ ਕਹਿਣ ਨੂੰ ਵੱਖਰੀ ਚੀਜ਼ ਹੈ ਜੋ ਮਰਜ਼ੀ ਕੋਈ ਕਹਿ ਲੈ ਸਹੀ ਜੋ ਮਰਜ਼ੀ ਕੋਈ ਕਹਿ ਲੈ ਉਹਦੇ ਵਿੱਚ ਕਿਸੇ ਦਾ ਵਾਸ ਨਹੀਂ ਅਤੇ ਇਸ ਵੇਲੇ ਜੋ ਕਰ ਰਿਹਾ ਸਹੀ ਕਰ ਰਿਹਾ ਲੇਕਿਨ ਉਹ ਸ਼ਬਾਜ਼ ਸ਼ਰੀਫ ਕਹਿ ਰਿਹਾ ਵੇ ਕਿ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹ ਫੜ ਰਹੇ ਨੇ ਸਾਰਿਆਂ ਨੂੰ ਦੇਖੋ ਨਾ ਖੰਬੇ ਪਰ ਲਟਕਾ ਦੂੰਗਾ ਉਹ ਕਿੱਥੇ ਗਿਆ ਸੜਕ ਪਰ ਘਰੀਸੂੰਗਾ ਉਹ ਕਿੱਧਰ ਗਿਆ ਕਿੱਥੇ ਗਿਆ ਘਰੀਸੂੰਗਾ ਉਹ ਇੱਕ ਦੂਸਰੇ ਦੇ ਲੱਭ ਝਟਦੇ ਪਏ ਨੇ ਝਟ ਲੈਣ ਹੋਰ ਕੀ ਹੋਣਾ ਮਰੀਮ ਨਵਾਜ਼ ਕਹਿੰਦੀ ਸੀ ਕਦੀ ਕਦੀ ਅਸੀਂ ਇਹਨਾਂ ਦੇ ਖਿਲਾਫ ਹਾਂ ਇਹ ਚੋਰ ਨੇ ਇਹ ਹੈ ਉਹ ਹੈ ਅਤੇ ਅੱਜ ਉਹਨਾਂ ਦੇ ਨਾਲ ਬਹਿ ਬਹਿ ਕੇ ਚਾਵਾਂ ਪੀ ਰਹੀ ਹੈ ਮੀਟਿੰਗ ਕਰ ਰਹੀ ਹੈ ਲੋਕ ਲੰਗਰ ਖਾ ਰਹੀ ਹੈ ਬਿਲਾਵਲ ਸਰਦਾਰੀ ਦੇ ਨਾਲ ਇੱਕ ਸਰਦਾਰੀ ਚੋਰ ਹੈ ਜਿਹਨੂੰ ਅਸੀਂ ਲਾੜਕਾਂ ਦੀ ਸੜਕਾਂ 'ਤੇ ਘਸੀਟਾਂਗੇ ਇੰਝ ਕਰਾਂਗੇ ਉਂਝ ਕਰਾਂਗੇ ਕਿੱਥੇ ਗਈਆਂ ਉਹ ਗੱਲਾਂ ਸਾਰੀਆਂ ਅਸੀਂ ਤਾਂ ਇਮਰਾਨ ਖਾਨ ਤੋਂ ਇਸ ਚੀਜ਼ ਤੋਂ ਰਾਜ਼ੀ ਹਾਂ ਕਿ ਉਹਨੇ ਸਾਨੂੰ ਸਾਫ਼ ਕਰਕੇ ਦੱਸ ਦਿੱਤਾ ਵਿਖਾ ਦਿੱਤਾ ਉਹਨੇ ਸਾਫ਼ ਕਰਕੇ ਕਿ ਭਾਈ ਇਹ ਚੋਰ ਜੇ ਇਹ ਚੱਕੇ ਹਨ ਇੰਨਾ ਮਾਲ ਖਾਧਾ ਇੰਨਾ ਲੁੱਟਿਆ ਇੰਨਾ ਹਿਸਾਬ ਦੇਣਾ ਇਹਨਾਂ ਦਾ ਯੋਮੇ ਹਿਸਾਬ ਸ਼ੁਰੂ ਹੋ ਗਿਆ ਹੁਣ ਇਹ ਯੋਮੇ ਹਿਸਾਬ ਅੱਗੇ ਵੀ ਇੱਕ ਅੱਗੇ ਹਿਸਾਬ ਦੇਣਾ ਕਿ ਰੋਜ਼ ਕਿਆਮਤ ਇੱਕ ਹੁਣ ਸ਼ੁਰੂ ਹੋ ਗਿਆ ਅਕਸਰ ਕਿੰਨੇ ਜੁਮੇ ਨੂੰ ਫੜੇ ਜਾਂਦੇ ਹਨ ਲੇਕਿਨ ਅੱਜ ਜੁਮੇਰਾਤ ਅੱਜ ਜੁਮੇਰਾਤ ਨੂੰ ਫੜੇ ਗਏ ਨੇ ਇੱਕ ਦਿਨ ਪਹਿਲਾਂ ਹੀ ਸਹੀ ਨੈਬ ਨੂੰ ਕਿਹੜਾ ਦਿਨ ਚੰਗਾ ਲੱਗਦਾ ਉਹਨਾਂ ਤੇ ਫੜੀ ਜਾਣਾ ਉਹਨਾਂ ਕੋਲ ਟਾਈਮ ਘੱਟ ਹੈ ਬੰਦੇ ਬਹੁਤੇ ਨੇ ਚੋਰ ਬਹੁਤੇ ਨੇ ਨੂਨ ਲੀਗ ਟੋਟਲ ਹੀ ਪੂਰਾ ਟੱਬਰ ਮਰੀਮ ਨਵਾਜ਼ ਅੱਜ ਕਿੱਥੇ ਗਈਆਂ ਇਹਨਾਂ ਦੀ ਗੱਲਾਂ ਇਹਦੀ ਅਸੀਂ ਬਿਲਕੁਲ ਸਾਫ਼ ਹਾਂ ਅਸੀਂ ਮਾਨੀ ਕਰਾਨੀ ਹਰ ਚੀਜ਼ ਸਾਡਾ ਕਲੀਅਰ ਕਿੱਥੇ ਗਏ ਇਹਨਾਂ ਦੇ ਮਾਂ ਨੇ ਸਾਰੇ ਝੂਠੇ ਨੇ 57 करोड़ ਰੁਪਇਆ ਇਸ ਮੁਲਕ ਦੇ ਗਰੀਬ ਆਵਾਮ ਦਾ ਲੁੱਟ ਲੁੱਟ ਕੇ ਜਨਾਬ ਆਪਣੇ ਪ੍ਰੋਟੋਕੋਲ ਤੇ ਲਾ ਲਿਆ ਸਰਜਰੀ ਕਰਵਾਉਂਦੇ ਨੇ ਸਰਜਰੀਆਂ ਕਰਵਾ ਰਹੇ ਨੇ ਆਪਣਾ 4 ਲੱਖ ਪਾਉਣ ਦੀ ਸਰਜਰੀ ਹੋਈ ਹੈ ਇੱਕ ਮੇਲੇ ਦਾ ਟੈਸਟ ਕਰਾਉਣਾ ਹੋਇਆ ਤੇ ਲੰਡਨ ਖੂਨ ਦਾ ਟੈਸਟ ਕਰਾਉਣਾ ਤੇ ਲੰਡਨ ਟੋਟਲ ਐਲਐਨਜੀ ਦੇ ਪੈਸੇ ਖਾ ਗਏ ਨੇ ਮੁਲਕ ਦਾ ਗਰੀਬ ਅਮਦਾਦ ਹੈ ਜਿਹੜੀ ਸਲਸਲਾ ਜਤਗਾਨ ਦੀ ਅਮਦਾਦ ਸਾਰੀ ਲੁੱਟ ਕੇ ਖਾ ਗਏ ਟੋਟਲ ਜੋ ਗੰਦ ਮਾਲ ਜੋ ਸ਼ਹਿਰ ਨਾਲ ਲੱਭੀ ਨਾ ਇਹ ਇਹਨਾਂ ਫਿਰੋਨਾਂ ਵਾਲੀ ਹਕੂਮਤ ਕੀਤੀ ਹੈ ਇਹਨਾਂ ਨੂੰ ਇਹ ਸੀ ਕਿ ਅਸੀਂ ਹਾਂ ਅੱਗੇ ਹੋਰ ਕੋਈ ਸ਼ਹਿ ਨਹੀਂ ਸਾਡੇ ਤੋਂ ਬਾਅਦ ਵੀ ਨਾ ਕਿਸੇ ਨੇ ਆਉਣਾ ਤੇ ਸਾਡੇ ਤੋਂ ਪਹਿਲੇ ਵੀ ਕਿਸੇ ਨਹੀਂ ਆਉਣਾ ਇਹਨਾਂ ਨੂੰ ਇਹ ਪਤਾ ਸੀ ਕਿ ਸਾਡੀ ਹਕੂਮਤ ਹੈ ਅਸੀਂ ਬਾਅਦ 'ਚ ਹਿਸਾਬ ਵੀ ਕਰਨਾ ਹੈ ਲੇਕਿਨ ਇਹਨਾਂ ਨੂੰ ਪਤਾ ਨਹੀਂ ਕਿ ਉੱਥੇ ਵੀ ਇੱਕ ਰੱਬ ਦੀ ਜ਼ਾਤ ਬੈਠੀ ਹੈ ਉੱਥੇ ਵੀ ਹਿਸਾਬ ਦੇਣਾ ਉਹਨੇ ਥੱਲੇ ਦੁਨੀਆ ਦੇ ਫਰਾਉਨ ਨੂੰ ਵੀ ਮਾਰਨ ਲਈ ਮੂਸਾ ਪੈਦਾ ਕਰਤਾ ਸੀ ਅਤੇ ਹੁਣ ਫਰਾਉਨੀਅਤ ਦਾ ਦੌਰ ਖਤਮ ਕਰਨ ਵਾਸਤੇ ਅੱਲਾ ਨੇ ਇਮਰਾਨ ਖਾਨ ਨੂੰ ਭੇਜਿਆ ਅਤੇ ਅਸੀਂ ਉਹਦੇ ਨਾਲ ਉਹਦੀ ਉਹਦਾ ਇਨਸ਼ਾਅੱਲਾ ਪੂਰਾ ਪਾਕ ਆਰਮੀ ਦਾ ਔਰ ਚੇਅਰਮੈਨ ਨੈਬ ਦਾ ਔਰ ਇਮਰਾਨ ਖਾਨ ਦਾ ਹਰ ਜਗ੍ਹਾ ਤੇ ਹਰ ਤਰ੍ਹਾਂ ਤੇ ਸਾਥ ਦੇਵਾਂਗੇ ਇਨਸ਼ਾਅੱਲਾ ਮਿਹਰਬਾਨੀ ਇਨਸ਼ਾਅੱਲਾ ਭਾਜੀ ਉਹਦਾ ਟੋਲਾ ਹੀ ਸਾਰਾ ਚੋਰਾਂ ਦਾ ਇਮਰਾਨ ਖਾਨ ਦਾ ਅੱਛਾ ਹਾਂ ਬਿਲਕੁਲ ਉਹਦਾ ਸਾਰਾ ਟੋਲਾ ਹੀ ਚੋਰਾਂ ਦਾ
ये शेख रशीद की है सारी जिंदगी तो नवाज शरीफ के नाल है तो हूँ महंगाई जा तो साढ़े लोगों को फायदा ता है भाजी कि महंगाई आटा दाल सानू की लगे करप्शन की है तो भैन चो एक ही चीज़ ने तेल पा तो सानू तो सिर्फ चाहिए डालर कितने टुट गया सानू चाहिए कि सस्ता हो आटा सस्ता हो दाल सस्ती हो चीनी सस्ती सानू गरीब लोगों को यह चाहिए साढ़े लोग कोई जीए कोई मरे असी लोगों का जीना माहौल हो।